ਇਹ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਸੰਗਤ ਨੂੰ ਬੇਨਤੀ ਕਰਦਾ ਆ ਜਿਹੜਾ ਮੰਗ ਰਹੇ ਹੋ ਸੰਤਨ ਕਾ ਸੰਗ ਪਾਵਾਂ ਉਹ ਸੰਗ ਪੂਰਨ ਮਹਾਂਪੁਰਸ਼ ਦਾ ਸਰੀਰ ਕਰਕੇ ਵੀ ਹੋ ਸਕਦੇ ਨੇ ਦਰਸ਼ਨ ਹੋ ਸਕਦਾ ਦੋ ਦੋ ਤਿੰਨ ਤਿੰਨ ਮਹੀਨੇ ਛੇ ਛੇ ਮਹੀਨੇ ਸਰੀਰ ਕਰਕੇ ਦਰਸ਼ਨ ਨਾ ਹੋਣ ਇਸ ਤਰ੍ਹਾਂ ਸੰਗਤ ਵਿੱਚ ਬੈਠ ਕੇ ਮਹਾਂਪੁਰਸ਼ਾਂ ਦੇ ਬਚਨ ਸੁਣ ਕੇ ਇਹ ਵੀ ਸੰਗ ਕਰ ਸਕਦੇ ਹੋ ਸਕਦਾ ਇਹੋ ਜਿਹਾ ਸੰਗ ਵੀ ਤੁਹਾਨੂੰ ਮਹੀਨਾ ਮਹੀਨਾ ਨਾ ਮਿਲੇ ਘਰ ਸੀਡੀ ਲਾ ਕੇ ਪੂਰਨ ਮਹਾਂਪੁਰਸ਼ਾਂ ਦੇ ਬਚਨਾਂ ਦਾ ਸੰਗ ਉਹ ਤਰ੍ਹਾਂ ਵੀ ਕਰ ਸਕਦੇ ਹੋ ਪੂਰਨ ਮਹਾਂਪੁਰਸ਼ਾਂ ਦੇ ਬਚਨਾਂ ਦਾ ਸੰਗ ਕਿਤਾਬ ਰਾਹੀਂ ਵੀ ਕਰ ਸਕਦੇ ਹੋ ਆਖੋ ਸਤਨਾਮ ਇਹ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਨਹੀਂ ਜੇ ਇਹ ਦਾਸ ਦਾ ਜਾਤੀ ਤਜਰਬਾ ਜੇ ਤਜਰਬਾ ਮੈਂ ਗੁਰੂ ਦੀ ਹਜ਼ੂਰੀ 'ਚ ਸੰਗਤ ਨੂੰ ਖੁੱਲ੍ਹੀ ਬੇਨਤੀ ਕਰ ਰਿਹਾ ਜੇ ਸਾਰੀ ਸੰਗਤ ਇੱਕ ਉਪਰਾਲਾ ਕਰੋ ਆਪਣੇ ਘਰ ਪੂਰਨ ਮਹਾਂਪੁਰਸ਼ ਜਿਨ੍ਹਾਂ ਨੇ ਪ੍ਰਾਪਤੀ ਕੀਤੀ ਹੈ ਜਿਹੜੇ ਮਾਇਆ ਤੋਂ ਪਰੇ ਰਹੇ ਨੇ ਪ੍ਰਾਪਤੀ ਕੀਤੀ ਹੈ ਇਹ ਸਾਰੀ ਸੰਗਤ ਨੂੰ ਬੇਨਤੀ ਉਹਨਾਂ ਦਾ ਇਤਿਹਾਸ ਆਪਣੇ ਘਰ ਜ਼ਰੂਰ ਰੱਖਿਆ ਕਰੋ ਆਖੋ ਸਤਨਾਮ ਬਾਬਾ ਆਨੰਦ ਸਿੰਘ ਜੀ ਉਹਨਾਂ ਦਾ ਇਤਿਹਾਸ ਘਰ ਰੱਖੋ ਬਾਬਾ ਖੋਦਾ ਸਿੰਘ ਜੀ ਸੰਤ ਅਤਰ ਸਿੰਘ ਮਸਤੂਆਣੇ ਵਾਲੇ ਸੰਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ ਸੰਤ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਤੁਹਾਨੂੰ ਇੰਨਾ ਕੋਈ ਲੱਭੇਗਾ ਸੰਤ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਪਰਿਵਾਰ ਵਿੱਚੋਂ ਰਿਸ਼ਤਾ ਹੋਇਆ ਲੜਕੇ ਪਰਿਵਾਰ 'ਚੋਂ ਅਤੇ ਲੜਕੀ ਵਾਲੇ 15 ਕੁ ਦਿਨ ਪਹਿਲੇ ਵਿਆਹ ਤੋਂ ਆ ਗਏ ਮਹਾਂਪੁਰਸ਼ ਵੱਡੇ ਸਾਰੇ ਮੰਜੇ 'ਤੇ ਬੈਠੇ ਵਾਣ ਵਾਲੇ ਲੜਕੀ ਵਾਲੇ ਕਹਿੰਦੇ ਮਹਾਂਪੁਰਸ਼ੋ ਕੋਈ ਮੰਗ ਹੋਵੇ ਪਹਿਲੇ ਦੱਸ ਦਿਓ ਆਪਾਂ ਛੋਟੇ ਹਾਂ ਤੁਸੀਂ ਵੱਡੇ ਮਹਾਂਪੁਰਸ਼ਾਂ ਘਰ ਸਾਡੀ ਬੱਚੀ ਅਤੇ ਮੰਜੇ 'ਤੇ ਬੈਠੇ ਬੈਠੇ ਮਹਾਂਪੁਰਸ਼ ਕਹਿੰਦੇ ਹਾਂ ਮੰਗ ਤਾਂ ਹੈਗੀ ਹੈ ਪਹਿਲੇ ਜਲ ਪਾਣੀ ਛਕ ਲਓ ਫਿਰ ਮੰਗ ਦੱਸ ਦਿੰਦੇ ਹਾਂ ਜਦੋਂ ਜਲ ਪਾਣੀ ਛਕ ਲਿਆ ਲੜਕੀ ਵਾਲੇ ਕਹਿੰਦੇ ਮਹਾਂਪੁਰਸ਼ੋ ਮੰਗ ਦੱਸ ਦਿਓ ਮਹਾਂਪੁਰਸ਼ ਕਹਿੰਦੇ ਦੋ ਕੰਮ ਕਰਾ ਦਿਓ ਇੱਕ ਬੱਚੀ ਨੂੰ ਪੰਜ ਬਾਣੀਆਂ ਜਵਾਨੀ ਕੰਠ ਕਰਾ ਦਿਓ ਇੱਕ ਸੰਗਤ ਘਰ ਬਹੁਤ ਆਉਂਦੀ ਆਏ ਗਏ ਦੀ ਸੇਵਾ ਸਿਖਾ ਦਿਓ ਆਹ ਮੰਗ ਹੈ ਤੁਸੀਂ ਦੱਸੋ ਤੁਸੀਂ ਕਿਤਾਬ ਪੜ੍ਹ ਰਹੇ ਹੋ ਕਿ ਤੁਹਾਨੂੰ ਇਹ ਇੰਨੇ ਕੁ ਬਚਨ ਇੱਕ ਦੋ ਪਹਿਰੇ ਪੜ੍ਹਨ ਦੇ ਨਾਲ ਨਹੀਂ ਝੋਲੀ ਭਰੇਗੀ ਨਹੀਂ ਕੁਝ ਮਿਲੇਗਾ ਕਿ ਮੈਂ ਵੀ ਆਪਣੇ ਲੜਕੇ ਦੇ ਰਿਸ਼ਤੇ ਕਰਨ ਵੇਲੇ ਆਹ ਵੇਖਾਂ ਆਹ ਨਾ ਵੇਖਾਂ ਮਕਾਨ ਕਿੰਨਾ ਕੁ ਵੱਡਾ ਹੈ ਆਹ ਨਾ ਵੇਖਾਂ ਕੋਠੀ ਕਿੰਨੀ ਵੱਡੀ ਹੈ ਕਾਰਾਂ ਹੈਗੀਆਂ ਕਿ ਨਹੀਂ ਮੈਂ ਵੀ ਆਹ ਵੇਖਾਂ ਘਰ ਵਿੱਚ ਨਿਤਨੇਮ ਕਿੰਨਾ ਹੈ ਬੰਦਗੀ ਕਿੰਨੀ ਹੈ ਇਹ ਮਹਾਂਪੁਰਸ਼ਾਂ ਦੇ ਜੀਵਨ ਬਾਬਾ ਆਨੰਦ ਸਿੰਘ ਜੀ ਬਾਬਾ ਮਹਾ ਹਰਨਾਮ ਸਿੰਘ ਜੀ ਜਿਨ੍ਹਾਂ ਦੀ 200 ਸਾਲਾ ਸ਼ਤਾਬਦੀ ਇਹਨਾਂ ਦੇ ਸਾਰਿਆਂ ਮਹਾਂਪੁਰਸ਼ਾਂ ਦੇ ਜੀਵਨ ਦੀਆਂ ਕਿਤਾਬਾਂ ਘਰ ਰੱਖਿਆ ਕਰੋ ਇਹ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ ਕਦੀ ਤੁਹਾਡਾ ਮਨ ਉਚਾਟ ਹੋਵੇ ਕਦੀ ਉਦਾਸ ਹੋਵੇ ਕਲਪਿਆ ਹੋਵੇ ਤੁਹਾਡਾ ਨਿਤਨੇਮ ਹਿੱਲ ਜੇ ਜੀਵਨ ਹਿੱਲ ਜੇ ਮੈਂ ਗੁਰੂ ਦੀ ਧੂਰੀ 'ਚ ਕਹਿੰਦਾ ਰੰਗੇ ਹੋਏ ਮਹਾਂਪੁਰਸ਼ ਦੀ ਕਿਤਾਬ ਕੱਢ ਕੇ ਕੋਈ ਪੇਜ ਖੋਲੋ ਤੁਹਾਡਾ ਸਿਮਰਨ ਚੱਲ ਪਏ ਉਹ ਤਸੀਰ ਹੈ ਉਹ ਬਖਸ਼ਿਸ਼ ਹੈ ਤਸੀਰ ਹੈ ਉਹ ਕੰਮ ਕਰਦੀ ਹੈ
इन्ना का शौक पैदा हो जाता भगती का, एहो जा महापुरश दुनिया ते कोई लभेगा बाबा महा हरनाम सिंह जी वर्गा। कहिंदे ने हजूरी सेवक चाहीदा जी सत बचन, अगो बाबा जी कहिंदे हजूरी सेवक एहो जा चाहीदा जिहदा 101 जपजी साहिब दा पाठ रोज दा नितनेम होवे। आखो सतनाम, इशारा लैयो, नाम ही नाम, बंदगी ही बंदगी। वो जदों असीं कोई पेज पढ़ांगे ऐसा रंग लगता है, ऐसा छिट्टा पैंदा, तुहानूं किताब पढ़दे ही वाहिगुरू वाहिगुरू चलण लग पैंदा। दूजियां चीज़ां चंगियां ही नहीं लगदियां कि आए किस वास्ते आ, चानना होना शुरू हो जाता। और ये महापुरशां दे जीवन दियां किताबां घर रखण नाल साध संगत कई औगुणा तो बच जाने। औगुणा हाथ जोड़ के बेनती पाई, इंज भी संग कर सकते हो शरीर करके उन्हां दे दर्शन, वह भी संग सीडियां राही भी संग किताबां राही भी। अज मंगो कि गरीब नवाज कृपा करो मेरे जीवन विच महापुरशां दा जिहड़ा संग है ओ मेरे घर दे कण कण विच होवे कि ताकि मेरा जीवन नाम विच रंगिया रवे।